ਹਾਂਜੀ ਗਾਇਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਫਿਰ ਤੋਂ ਇੱਕ ਨਵੀਂ ਵੀਡੀਓ 'ਚ ਅੱਜ ਦਾ ਇਹ ਬਲੌਗ ਨਹੀਂ ਆਪਣਾ ਸਿਰਫ ਇੱਕ ਵੀਡੀਓ ਹੈ ਤੇ ਬਾਈ ਦੀਪ ਸਿੱਧੂ ਬਾਰੇ ਆਪਾਂ ਕੁਝ ਗੱਲਾਂ ਕਰਨੀਆਂ ਨੇ ਇਹ ਜਿਵੇਂ ਕਿ ਇੱਕ ਬਈ ਗੱਲ ਹੈ ਨਾ ਵੀ ਇੱਥੇ ਲੋਕਾਂ ਨੂੰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਪਹਿਲਾਂ ਮਰਨਾ ਪੈਂਦਾ ਹੈ ਤੇ ਉਵੇਂ ਹੀ ਬਾਈ ਦੀਪ ਸਿੱਧੂ ਨਾਲ ਹੋਇਆ ਕਿ ਜਿਉਂਦੇ ਜੀ ਬਹੁਤ ਲੋਕ ਇਹੋ ਜਿਹੀ ਸੀ ਕਿ ਜਿਹੜਾ ਉਹਨੂੰ ਬਦਨਾਮ ਕਰ ਰਹੇ ਸੀ ਤੇ ਉਹਦਾ ਸਾਥ ਨਹੀਂ ਦੇ ਰਹੇ ਸੀ ਪਰ ਮਰਨ ਤੋਂ ਬਾਅਦ ਇਹੋ ਜੀ ਉਹੀ ਖੱਤ ਲੋਕ ਹੁਣ ਪੋਸਟਾਂ ਪਾ ਰਹੇ ਨੇ ਤੇ ਉਹੀ ਸਾਥ ਦੇ ਰਹੇ ਨੇ ਤੇ ਮੇਰੇ ਨਾਲ ਅੱਜ ਬਾਈ ਸਾਡੇ ਕਾਲਾ ਪਹਿਲਵਾਨ ਤੇ ਬਾਈ ਨਾਗਰਾ ਜੀ ਮੇਰੇ ਪਿੰਡ ਦੇ ਤੇ ਬਹੁਤ ਹੀ ਸੂਝਮਾਨ ਨੌਜਵਾਨ ਨੇ ਤੇ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਸਾਰੀ ਸੰਗਤ ਨੂੰ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਐਦੂੰ ਮੰਦ ਭਾਗੀ ਘਟਨਾ ਆਪਣੇ ਵਾਸਤੇ ਕੋਈ ਹੋ ਨਹੀਂ ਸਕਦੀ ਬਾਈ ਦੀਪ ਸਿੱਧੂ ਵਰਗੀ ਜੋ ਦੀ ਲਾਲੋਵੀ ਇੱਕ ਆਪਾਂ ਐਕਸੀਲੈਂਟ ਨਹੀਂ ਕਹਿ ਸਕਦੇ ਇੱਕ ਸੋਚੀ ਸਮਝੀ ਸਾਜ ਤੇ ਇੱਕ ਹੱਸਾ ਆਪਣੀ ਕੌਮ ਦਾ ਦਿੜੜਤਾ ਵਾਲਾ ਹੀਰਾ ਆਪਾਂ ਤੋਂ ਖੋਇਆ ਗਿਆ ਨਹੀਂ ਤੇ ਆਪਾਂ ਕੁਛ ਨਾ ਕੁਛ ਜਿਵੇਂ ਵੀਰ ਨੇ ਗੱਲ ਕਰੀ ਵੀ ਮਰਨ ਤੋਂ ਬਾਅਦ ਸਾਬਤ ਕਰਨਾ ਪੈਂਦਾ ਹੈ। ਸ਼ੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਤਾਂ ਲੋਕਾਂ ਨੇ ਘੱਟੋ ਘਾਟੀ 30 ਸਾਲ ਬਾਅਦ ਸ਼ਹੀਦ ਕਿਹਾ ਤੇ ਖੱਟ ਲੋਕਾਂ ਨੇ ਤਾਂ ਹਾਲੇ ਤੱਕ ਵੀ ਕਿਤੇ ਉਹਨੂੰ ਅਤਵਾਦੀ ਕਹਿੰਦੇ ਆ ਤੇ ਬਾਈ ਨੂੰ ਲਾ ਲੋ ਵੀ ਇੱਕ ਮਰਨ ਤੋਂ ਬਾਅਦ ਸਾਬਤ ਕਰਨਾ ਪਿਆ। ਬੜੇ ਦੁੱਖ ਦੀ ਗੱਲ ਹੈ। ਜਿਸ ਟਾਈਮ ਤੋਂ ਹਾਸਾ ਹੋਇਆ ਨਾ ਉਸ ਟਾਈਮ ਤੋਂ ਰੋਟੀ ਨਹੀਂ ਖਾਧੀ ਤੇ ਮੈਂ ਕਹਿਣਾ ਵੀ ਅੱਜ ਪੰਜਾਬ ਦਾ ਬੱਚਾ ਬੱਚਾ ਬੀਬੀਆਂ ਭੈਣਾ ਸਭ ਰੋ ਰਹੇ ਨੇ ਘਰਾਂ ਦੇ ਵਿੱਚ ਜੋ YouTube ਚੈਨਲ ਦੇ ਰਾਹੀਂ ਦੇਖ ਰਿਹਾ ਨਾ ਤੇ ਕਿੱਟਾ ਵੱਡਾ ਹਜੂਮ 22 ਦੀ ਸੰਸਕਾਰ ਤੇ ਇਕੱਠਾ ਹੋਇਆ ਜੇ ਕਿਤੇ ਆਪਾਂ ਪਛਾਲਣ ਦੀ ਕੋਸ਼ਿਸ਼ ਕਰੀਏ ਨਾ ਇੰਨੀ ਕਿ ਸਪੋਰਟ ਆਪਾਂ ਪਹਿਲਾਂ ਕਰਦੀਆਂ ਤਾਂ ਸ਼ਾਇਦ ਆਪਣੇ ਕੋਲੋਂ ਹੀਰਾ ਨਾ ਜਾਵੇ ਨਾ ਜਾਂਦਾ ਆਪਣੇ ਕੋਲੋਂ ਹੀਰਾ ਇੱਕ ਹੀਰਾ ਧੀਰੇ ਦੀ ਪਰਖ ਕਰਨੀ ਬਹੁਤ ਲੇਟ ਹੋ ਜਾਂਦੇ ਆ ਸਾਰੇ ਪੱਖਾਂ ਤੋਂ ਮਜ਼ਬੂਤ ਬਾਈ ਜਿਗਰੇ ਤੋਂ ਸਖਤ ਮਜ਼ਬੂਤ ਸੀਗਾ ਜਿਵੇਂ ਬਾਈ ਹਰਪ੍ਰੀਤ ਮਖੂ ਕਾਲ ਚੈਨਲ ਤੋਂ ਪੱਤਰਕਾਰ ਨੇ ਉਹ ਕਹਿੰਦੇ ਹੁੰਦੇ ਨੇ ਕਹਿ ਰਹੇ ਸੀਗੇ ਹੂਕਰ ਹੂਕਾ ਮਾਰ ਰਹੇ ਸੀ ਬਾਈ ਦੀਆ ਵੀ ਬਾਈ ਤੂੰ ਸਾਡੇ ਕੋਲੋਂ ਚੱਲ ਗਿਆ ਹੁਣ ਅਸੀਂ ਕੀ ਕਰੀਏ ਤਾਂ ਕਾਰਨ ਇਹ ਹੈ ਨਾ ਬਸ ਸੱਚ ਜਾਣ ਲੋ ਹਰ ਬੰਦਾ ਭਾਵਕ ਹੈ ਜੇ ਕਿਤੇ ਆਪਾਂ ਲਾ ਲੋ ਬਾਈ ਨੇ ਇੱਕ ਸ਼ੌਂਕ ਦਾ ਘੋੜਾ ਹੀ ਕਹਿ ਸਕਦੇ ਆ ਬਾਈ ਘੋੜਾ ਹੀ ਕਹਿੰਦਾ ਹੁੰਦਾ ਸੀ ਉਹਨੂੰ ਇੱਕ ਸਪੋਰਟਸ ਕਾਰ ਰੱਖੀ ਹੋਈ ਸੀ ਬਾਈ ਨੇ ਸੌ ਦੀ ਸ਼ੀਟ ਜਿਹੜੀ ਖੜੀ ਲੈਂਦੀ ਸੀ ਅੰਦਰੋਂ ਲਾਲ ਸੀ ਉੱਤੋਂ ਸਿਲਵਰ ਸੀ ਤੇ ਕਰਨੇ ਆ ਬਾਈ ਜੀ ਆਪਾਂ ਨੂੰ ਪਛਾਣਨ ਵਿੱਚ ਬਹੁਤ ਲੇਟ ਹੋ ਜਾਂਨੇ ਆ ਹੀਰਾ ਪਛਾਣਨ ਲਈ ਬਹੁਤ ਵੱਡਾ ਦੁੱਖ ਹੈਗਾ ਸਾਰੇ ਪੱਖਾਂ ਤੋਂ ਮਜ਼ਬੂਤ ਸੀ ਇਹ ਕਿੰਨਾ ਕਿਤੇ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਨਾ ਏਜੰਸੀਆਂ ਨੂੰ ਪਹਿਲਾਂ ਹੀ ਚੋਬਰਿਆ ਸੀ ਹੁਣ ਤਾਂ ਫਿਰ ਇਹ ਜਮ ਹੀ ਚੁਗ ਗਿਆ ਜਦੋਂ ਬਾਈ ਨੇ ਹੱਥ ਦੇ ਵਿੱਚ ਸਿਰੀ ਸਾਹ ਫੜ ਕੇ ਸਿੱਖਾਂ ਨੂੰ ਇਹ ਕਹਿਤਾ ਅਗਵਾਈ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਲਾ ਵਾਂਗੂ ਵੀ ਸਾਨੂੰ ਕੀ ਚਾਹੀਦਾ ਫਿਰ ਤਾਂ ਬਾਈ ਅੱਗ ਲੱਗ ਗਈ ਏਜੰਸੀਆਂ ਨੂੰ ਸ਼ਾਇਦ ਇਹ ਜਾਂ ਕੋਈ ਨਿੱਡਰ ਉੱਚੀ ਸੁੱਚੀ ਸੋਚ ਦਾ ਮਾਲਕ ਗਿਆਨ ਰੱਖਣ ਵਾਲਾ ਪੈਸੇ ਤੋਂ ਮਜ਼ਬੂਤ ਪੇਸ਼ੇ ਦਾ ਵਕੀਲ ਫਿਲਮ ਦਾ ਅਦਾਕਾਰ ਸਾਰੇ ਪੱਖਾਂ ਤੋਂ ਮਜ਼ਬੂਤ ਸ਼ੈਤ ਮਲੇ ਦੁਆਰਾ ਆਪਣੀ ਕੌਮ ਨਹੀਂ ਪੂਰੇ ਹਿੰਦੁਸਤਾਨ ਨੂੰ ਘਟਾਏ ਬਾਈ ਦਾ ਕਿਉਂ ਬਾਈ ਸਾਂਝੀ ਵਾਰਤਾ ਦਾ ਵੀ ਕਿਤੇ ਨਾ ਕਿਤੇ ਹੋਕਾ ਮਾਰਦਾ ਸੀ Hindu Muslim Sikh Sai ਉਹ ਕੋਈ ਹਿੰਦੂਆਂ ਦਾ ਵੈਰੀ ਨਹੀਂ ਸੀ ਉਹ ਕਿਸੇ ਦੇ ਹੱਕ ਦੀ ਗੱਲ ਕਰਦਾ ਸੀਗਾ ਜਿੱਥੇ ਕਿਤੇ ਹੱਕ ਦੀ ਗੱਲ ਆ ਹਨਾ ਤੇ ਕਾਰਨੇ ਸੀਗਾ ਵੀ ਹੱਕ ਦੀ ਗੱਲ ਕਰਨ ਵਾਲਾ ਜਿਹੜਾ ਸਾਂਝੀ ਵਰਤਾ ਦੀ ਗੱਲ ਕਰਦਾ ਹੈ ਇਸ ਪੰਜਾਬ ਦੀ ਜੋ ਸਟੇਟ ਹੈ ਇਹਦੇ ਵਿੱਚ ਸਾਰੇ ਭਾਈਚਾਰੇ ਰਹਿੰਦੇ ਆ ਸਾਈ ਸਾਰੇ ਭਾਈਚਾਰਿਆਂ ਦੇ ਹੱਕ ਦੀ ਗੱਲ ਕਰਦਾ ਸੀ ਨਾ ਜੇ ਪੰਜਾਬ ਸਟੇਟ ਸਾਡੀ ਮਜ਼ਬੂਤ ਹੋਊਗੀ ਤਾਂ ਜੋ ਉਹਦੇ ਵਿੱਚ ਰਹਿੰਦੇ ਨੇ ਸਿੱਖ ਭਾਈ ਵੀ ਰਹਿੰਦੇ ਆ Hindu ਭਾਈਚਾਰਾ ਵੀ ਰਹਿੰਦਾ ਹੈ Muslim ਭਾਈਚਾਰਾ ਵੀ ਰਹਿੰਦਾ ਹੈ ਸਾਈ ਭਾਈਚਾਰਾ ਵੀ ਰਹਿੰਦਾ ਹੈ ਤਾਂ ਉਹਦੀ ਮਜ਼ਬੂਤੀ ਸਾਰੇ ਧਰਮਾਂ ਦੀ ਹੈ ਨਾ ਬਾਈ ਨੇ ਬਹੁਤ ਲੰਮਾ ਸੰਘਰਸ਼ ਲੜਿਆ ਉਹਨੂੰ ਲੋਕਾਂ ਨੇ ਗਦਾਰੀ ਦੇ ਸਰਟੀਫਿਕੇਟ ਬੰਡੇ ਜਿਨ੍ਹਾਂ ਨੇ ਸਰਟੀਫਿਕੇਟ ਬੰਡੇ ਨਾ ਉਹ ਖੁਦ ਗਦਾਰ ਨਿਕਲ ਗਏ ਤੇ ਬਾਈ ਉਸੇ ਸਟੈਂਡ ਤੇ ਅੱਜ ਵੀ ਅੜਿਆ ਜਲਾਲ ਕਿਲੇ ਤੇ ਝੰਡਾ ਚੜਾਇਆ ਤਾਂ ਉਹਨੇ ਇੱਕ ਰੋਸ ਵਜੋਂ ਚੜਾਇਆ ਸੀ ਇਹ ਨਹੀਂ ਵੀ ਕੋਈ Hindu ਭਾਈਚਾਰੇ ਦੀ ਲਾਲੋ ਵੀ ਮਾਨਪਤਾ ਨੂੰ ਜਾਂ ਕੋਈ ਠੇਸ ਪਹੁੰਚਾਉਣ ਵਾਸਤੇ ਪਹੁੰਚਾਇਆ ਸੀ ਉਹਨੇ ਤਾਂ ਇੱਕ ਸਰਕਾਰ ਨੂੰ ਇਹ ਮੈਸੇਜ ਦਿੱਤਾ ਸੀ ਇੱਕ ਸਰਕਾਰ ਨੂੰ ਮੈਸੇਜ ਦਿੱਤਾ ਸੀ ਵੀ ਅਸੀਂ ਸਾਡੀ ਜਿਹੜੀ ਪੰਜਾਬ ਕਾਉਂਟਰੀ ਹੈ ਇਹ ਦਲੇਰ ਹੈ ਇਹਦੇ ਨਾਲ ਹਿੰਦੂ ਭਾਈਚਾਰਾ ਬਾਗੜੀ ਸਭ ਯਾਟ ਭਾਈਚਾਰਾ ਰਲ ਕੇ ਇੱਕ ਅਸੀਂ ਸੰਘਰਸ਼ ਜਿੱਤਿਆ ਸੀ ਉਹਨੇ ਤਾਂ ਇੱਕ ਨਾ ਉਹ ਦਿਨ ਜਿੱਦਣ 26 ਜਨਵਰੀ ਦੀ ਘਟਨਾ ਸੀ ਉਹ ਦਿਨ ਅਸੀਂ 26 ਜਨਵਰੀ ਦੀ ਘਟਨਾ ਦੇ ਬਿਲਕੁਲ ਵਿੱਚ ਸੀ ਉਸ ਦੇ ਵਿੱਚ ਸਾਰੇ ਵਰਗਾਂ ਦੇ ਲੋਕ ਸਹੀ ਇਕਲਾ ਦੀਪ ਨਹੀਂ ਸੀ ਦੀਪ ਦੇ ਨਾਲ ਲੱਖਾਂ ਦੇ ਹਿਸਾਬ ਨਾਲ ਗਿਣਤੀ ਦੇ ਵਿੱਚ ਸਾਰੇ ਵਰਗਾਂ ਦੇ ਲੋਕ ਸੀਗੇ ਫੇਰ ਕਿਤੇ ਨਾ ਕਿਤੇ ਝੰਡਾ ਚੜਾ ਹੋਇਆ ਸੀ ਬਾਈ ਨੂੰ ਉਹ ਸ਼ਾਹ ਸੀ ਤੇ ਜਿਹੜਾ ਨੇ ਗਦਾਰੀ ਦੇ ਸਰਟੀਫਿਕੇਟ ਮੰਡੇ ਨਾ ਉਹ ਅੱਜ ਖੱਚ ਪੋਸਟਾਂ ਪਾਉਂਦੇ ਆ ਦਿਲੋਂ ਦਰਦ ਬੜਾ ਹੈ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਜਦੋਂ ਕਿਤੇ ਵੀ ਹਨਾ ਕੋਈ ਵੀਡੀਓ ਦੇਖਦੇ ਆ ਬਾਈ ਰੋਣਾ ਆ ਜਾਂਦਾ ਹੈ ਨਾ ਦੇਖ ਕੇ ਬਾਈ ਦੇ ਵੀਡੀਓ ਤੇ ਬਾਈ ਬਾਰੇ ਪਿਆਰ ਹਨਾ ਲੋਕਾਂ ਵੀ ਤੇ ਕੁਝ ਲੋਕਾਂ ਦਾ ਪਹਿਲਾਂ ਹੀ ਸੀਗਾ ਪਿਆਰ ਹਨਾ ਤੇ ਪਰ ਜਿਹੜੇ ਪਹਿਲਾਂ ਠੀਕ ਹੈ ਨਾ ਵਿਰੋਧ ਕਰਦੇ ਬਾਈ ਦਾ ਹਣਾ ਕਹਿੰਦੇ ਸੀ ਉਹ ਲੋਕ ਵੀ ਅੱਜ ਪੋਸਟਾਂ ਪਾ ਰਹੇ ਨੇ ਬਾਈ ਬਾਰੇ ਕਿ ਮੈਂ ਤੁਹਾਨੂੰ ਦਿਲ ਤੋਂ ਦੱਸ ਦਿਆਂ ਅਸੀਂ ਚਾਰ ਬੰਦਿਆਂ ਨੇ ਜਾ ਕੇ ਬਾਬਾ ਹਰਚੰਦ ਮੰਹੰਤ ਦੇ ਗੁਰੂ ਘਰ ਦੇ ਵਿੱਚ ਅਰਦਾਸ ਕਰਵਾਈ ਸੀ ਬਾਈ ਦੀ ਰਿਆਈ ਵਾਸਤੇ ਗਰਵਚਨ ਵਕੀਲ ਤੇ ਸੁੱਖਾ ਡੱਡਾ ਸਾਡਾ ਵੀਰ ਅਸੀਂ ਚਾਰਾ ਬੰਦਿਆਂ ਨੇ ਮੈਂ ਇਹਨਾਂ ਨੂੰ ਵੀਰਾਂ ਨੂੰ ਆਖਿਆ ਸੀ ਵੀ ਆਪਾਂ ਵੀਡੀਓ ਬਣਾ ਕੇ ਉਹ ਕਹਿੰਦੇ ਨਹੀਂ ਆਪਾਂ ਗੋਤੀ ਪਾਉਣੀ ਹੈ ਵੀ ਪਿੰਡ ਦੇ ਲੋਕ ਅਗਦਾਰ ਕਹਿ ਰਹੇ ਨੇ ਬਾਈ ਬਾਰੇ ਕੱਲ ਕਰ ਆਪਣੀਆਂ ਆਂਦਰਾਂ ਕਹਿ ਰਹੀਆਂ ਸੀ ਵੀ ਬਾਈ ਸੱਚਾ ਤੇ ਸੱਚਾ ਸਾਫ ਤੋਂ ਹੈ ਚਿੱਟੀ ਚਾਦਰ ਸੀ ਤਾਂ ਚਿੱਟੀ ਚਾਦਰੀ ਸਾਫਤ ਹੋਈ ਬਾਈ ਇੱਕ ਇਹੋ ਜਿਹਾ ਹੀਰਾ ਸੀ ਸ਼ਾਇਦ ਕਿਸੇ ਨੂੰ ਪਰਖ ਆਉਣ ਚ ਫਰਕ ਰਹਿ ਗਿਆ ਉਹ ਵੀ ਖੱਚਾਂ ਦੇ ਨਾਲ ਖੱਚ ਬਣ ਗਿਆ ਇੱਥੇ ਗਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ ਏਜੰਸੀਆਂ ਨੂੰ ਪਨਾਹ ਦਿੰਦੇ ਨੇ ਗਦਾਰ ਵੀ ਇਹਨਾਂ ਤੋਂ ਸੱਚ ਬੋਲਣ ਵਾਲੇ ਤੋਂ ਤੁਹਾਨੂੰ ਖਤਰਾ ਸਾਡੇ ਪੰਜਾਬ ਨੂੰ ਖਤਰਾ ਖਤਰਾ ਨਹੀਂ ਉਹ ਆਉਂਦੇ ਦਿਨਾਂ ਦੇ ਵਿੱਚ ਕਿਸੇ ਨਾ ਕਿਤੇ ਨਸ਼ੇ ਦੇ ਠੱਲ ਪਾਉਂਦਾ ਤੇ ਲੀਡਰਾਂ ਦੀ ਲਾਲਾਂ ਨਕੇਲ ਕੱਸਦਾ ਉਹੋ ਵੀਰ ਕਾ ਏਡਾ ਡੜੜ ਤਾਲਾ ਵੀਰ ਸੀਗਾ ਸ਼ੈਤ ਕੋਈ ਹੋਰ ਹੋਵੇ ਨਹੀਂ ਲੱਗਦਾ ਵੀ ਛੇਦੀ ਕਰਕੇ ਸਾਰੇ ਪੱਖਾਂ ਤੋਂ ਮਜ਼ਬੂਤ ਨਿਕਲ ਆਵੇ ਸੰਗਤ ਕੋਲੇ ਪੈਸੇ ਦਾ ਕੋਈ ਤੋੜਾ ਨਹੀਂ ਪੈਸੇ ਵਾਲੇ ਵੀਰ ਬੈਠੇ ਨੇ ਦਿਲ ਨਹੀਂ ਜੇ ਕਿਸੇ ਵੀਰ ਕੋਲੇ ਦਿਲ ਹੈ ਤਾਂ ਉਹਦੇ ਕੋਲੇ ਪੈਸਾ ਨਹੀਂ ਜੇ ਪੈਸਾ ਨਹੀਂ ਤਾਂ ਜੇ ਕਿਸੇ ਵੀਰ ਕੋਲੇ ਸਾਰੀਆਂ ਚੀਜ਼ਾਂ ਨਹੀਂ ਤਾਂ ਫਿਰ ਗਿਆਨ ਨਹੀਂ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਜਿਹੜੀਆਂ ਬਾਈ ਦੀਪ ਸਿੱਧੂ ਕੋਲੇ ਇਕੱਠੀਆਂ ਹੋਈਆਂ ਸੀ ਨਾ ਚਾਰੇ ਪੰਜੇ ਚੀਜ਼ਾਂ ਇਹ ਸ਼ਾਇਦ ਕਿਸੇ ਕੋਲੇ ਇਕੱਠੀਆਂ ਹੋਣ ਬਾਕੀ ਉਹਦੇ ਪਿਤਾ ਜੀ ਨੇ 92 93 ਦੇ ਸੀਰ ਸਿੰਘਾਂ ਦੇ ਕੇਸ ਫਰੀ ਲੜੇ ਸੀ ਉਹਦੇ ਪਿਤਾ ਨੂੰ ਵੀ ਗद्दार ਕਿਹਾ ਸੀਗਾ ਨਾ ਉਹਦਾ ਪਿਤਾ ਕੌਮ ਦਾ ਗद्दार ਸੀ ਨਾ ਦੀਪ ਸਿੱਧੂ ਕੌਮ ਦਾ ਗद्दार ਹੈ ਨਾ ਹੈ ਨਾ ਇਹਨਾਂ ਦਾ ਪਰਿਵਾਰ ਹੈ ਜਿਹੜੇ ਬੂਝੇ ਨੇ ਦੀਪ ਸਿੱਧੂ ਤੇ ਦੀਪ ਸਿੱਧੂ ਦੇ ਡੈਡੀ ਨੇ ਪਾਣੀ ਪਾਤਾ ਬੂਝਾ ਦਾ ਉਹ ਬਰਕਰਾਰ ਰਹਿਣਾ ਕੋਈ ਨੂੰ ਚੁਕਾ ਨਹੀਂ ਸਕਦਾ ਕੋਈ ਤੋੜ ਨਹੀਂ ਸਕਦਾ ਉਹਦੇ ਪੱਤੇ ਨੂੰ ਲਾ ਨਹੀਂ ਸਕਦਾ ਗੱਲ ਕਰ ਸਮੇਂ ਦੀ ਜਿਹੜੀ ਅੱਜ 22 ਦੇ ਸਿਸਟਮ ਦੀ ਗੱਲ ਸੀ ਨਾ 22 ਦੀ ਗੱਲ ਸੀ ਉਹ ਕੁਛ ਗੱਲ ਹੋਰ ਸੀ ਅੱਜ ਤੋਂ 500 ਸਾਲ ਨੂੰ ਸਾਡੇ ਕੋਲੇ ਹੀਰਾ ਆਏ ਜਾਂ ਪੈਦਾ ਹੋਣਾ ਨਹੀਂ ਹੋਣਾ ਸ਼ੈਤ ਸੱਚ ਜਾਣ ਲੋ ਐਂ ਲੱਗਦਾ ਹੈ 22 ਨੂੰ ਮਿਲਿਆ ਨਹੀਂ ਦੇਖਿਆ ਦੂਰ ਤੋਂ ਸੀ ਗੱਲ ਕਰ ਗੱਲਾਂ ਸੀ ਜਿਹੜੀਆਂ ਨਾ ਐਡੀਆਂ ਸੱਚ ਨਰਪਕਤਾ ਤੇ ਕਰੜੀਆਂ ਸੀ ਸ਼ਾਇਦ ਹਰੇਕ ਬੰਦੇ ਦੇ ਸੁਣਨ ਦੇ ਤੇ ਸਮਝਣ ਦੇ ਮੈਂਡ 'ਚ ਨਹੀਂ ਬੰਦੀਆਂ ਸੀਗੀਆਂ ਬਾਈ ਜੀ ਉਹ ਤਕਲੀਫ ਐਸੇ ਕਰਦੀ ਆਉਂਦੀ ਸੀ ਉਹਨਾਂ ਨੂੰ ਸੱਚ ਬੋਲਣ ਵਾਲਾਂ ਤੇ ਜਿਹੜੀਆਂ ਜਨਸੀਆਂ ਨੇ ਇਹਨਾਂ ਉਹਨਾਂ ਨੇ ਆਪ ਦੇ ਗद्दार ਪਿੰਡੋਂ ਪਿੰਡੀ ਵੀ ਛੱਡੇ ਸੀ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਗਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ ਜਿਹੜੇ ਬਦਨਾਮ ਕਰਨ ਤੇ ਲੱਗੇ ਬਦਨਾਮ ਕਰਨ ਤੇ ਲੱਗੇ ਹੋਏ ਸੀ ਤੇ ਲੱਗੇ ਹੋਏ ਅੱਜ ਵੀ ਪਿੰਡਾਂ ਦੇ ਵਿੱਚ ਬਜ਼ੁਰਗਾਂ ਦੇ ਵਿਚਾਰਾਂ ਦੇ ਜਚਾਈਆਂ ਹੋਈਆਂ ਆ ਕਿ ਉਹਨੇ ਦਿੱਲੀ 26 ਜਨਵਰੀ ਦੇ ਘਟਨਾ ਤੇ ਰੌਲਾ ਪਵਾਇਆ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ ਉਹਨੂੰ ਟੀਵੀ ਨਹੀਂ ਦੇਖਦੇ ਉਹ ਕਿਸੇ ਚੀਜ਼ ਨਾਲ ਜੁੜੇ ਨਹੀਂ ਜਿਵੇਂ ਕਿਸੇ ਨੇ ਚਾਬੀ ਭਰਤੀ ਦਾ ਗੱਲ ਸੁਣ ਲਈ ਬਸ ਗੱਲ ਸੁਣਾਤੀ ਹਾਂ ਸਾਫ ਸੁਥਰੇ ਸਾਫ ਸੁਥਰੇ ਸਿੱਧੇ ਲੋਕ ਨੇ ਉਹਨਾਂ ਨੂੰ ਵਿਚਾਰਾਂ ਨੂੰ 扑ਕਾਇਆ ਜਾਂਦਾ ਹੈ ਗੱਲ ਕਰ ਇਹ ਜਿਹੇ ਹੀਰੇ ਸ਼ਹਿਦ ਹੀ ਮਿਲਣਾ ਨਹੀਂ ਲੱਗਦਾ ਨਹੀਂ ਲੱਗਦਾ ਬਾਕੀ ਭਾਈ ਨਾਗਰਾ ਜੀ ਚਾਰ ਸ਼ਬਦ ਕਹਿਣਗੇ ਹਾਂ ਬਾਕੀ ਭਾਈ ਦੀ ਬਾਈ ਦਾ ਜਦੋਂ ਵੀ ਮੱਲਾ ਪਤਾ ਲੱਗਿਆ ਤੇ ਬਹੁਤ ਦੁੱਖ ਹੋਇਆ ਕਿਉਂ ਜਦੋਂ ਨੋਟੀਫਿਕੇਸ਼ਨ ਆਂਗਾ ਆਹ ਲੱਗਦਾ ਸੀਗਾ ਭਾਈ ਤੇ ਵੀ ਯਾਰ ਫੇਕ ਜਿਹੀਆਂ ਐਡੀਆਂ ਲੱਗ ਬੀ ਬਣਾਈ ਹੋਈ ਐ ਲੋਕਾਂ ਨੇ ਉਹੀ ਬਾਈ ਨੂੰ ਬਹੁਤ ਕਰ ਦੇਣਾ ਜਾਣ ਕੇ ਤੇ ਜਿਉਂ-ਜਿਉਂ ਸੋਸ਼ਲ ਮੀਡੀਆ ਤੇ ਖਬਰ ਪੂਰੀ ਫੈਲ ਗਈ ਐ ਤੇ ਭਾਈ ਬਹੁਤ ਉਹ ਤਾਂ ਮੰਨ ਡੋਬਦਾ ਗਿਆ ਤੇ ਆਪਰਾ ਵੀ ਬਸ ਫੋਨ ਚੱਕ ਲੈ ਕਰਦਾ ਲੱਗਰ ਦੇਖ ਜੇ ਖਬਰ ਸੁਣਦੇ ਸੀਗੇ ਤਾਂ ਭਾਈ ਮੰਨ ਬਹੁਤ ਡੋਬਦਾ ਸੀਗਾ ਸੇਕਾ ਤੇ ਮਸਾਂ ਦੰਚੜਾਇਆ ਵੀ ਬਹੁਤ ਨੀਂਦ ਹੀ ਨਹੀਂ ਸਰੀ ਆਤ ਹਾਂ ਬਸ ਹਾਂ ਵੀ ਤੇ ਇਸ ਕਰਕੇ ਬਾਈ ਦਾ ਬਹੁਤ ਵੱਡਾ ਖਸਾਨੀ ਅਧੋਲਨ ਦੇ ਵਿੱਚ ਯੋਗਦਾਨ ਬਹੁਤ ਵੱਡਾ ਰਿਹਾ ਜੰਗ ਵੀ ਲਾਲਾ ਕੋਈ ਨੌਜਵਾਨ ਉਹਨੇ ਖੜੇ ਕੀਤੇ ਤੇ ਬਾਈ ਦਾ ਬਹੁਤ ਵੱਡਾ ਯੋਗ ਸੀ ਹਾ ਤੇ ਵੀਰ ਨੇ ਤੂੰ ਐਸਾ ਲਾ ਲਓ ਵੀ ਆਪਦੀ ਐਸ਼ਵਰਾਤੀ ਜਿੰਦਗੀ ਛੱਡ ਕੇ ਬਾਈ ਪੰਜਾਬ ਲਈ ਖੜਾ ਦੇਖੋ ਉਹਨੇ ਕਿੱਡਾ ਵੱਡਾ ਸੰਘਰਸ਼ ਕੀਤਾ ਬਾਈ ਨੂੰ ਬਦਨਾਮ ਵੀ ਕੀਤਾ ਗਿਆ ਸਭ ਕੁਝ ਕਿਹਾ ਗਿਆ ਪਰ ਉਹ ਬੰਦੇ ਜਿੰਨੀ ਦ੍ਰਿੜਤਾ ਸੀਗੀ ਪਰ ਉਹ ਡੋਲਿਆ ਨਹੀਂ ਉਨੇ ਸਾਫਤ ਕਰਤਾ ਵੀ ਮੈਂ ਗਦਾਰ ਨਹੀਂ ਹੈਗਾ ਆ ਤੇ ਮੂੰਹ ਉਹਨੇ ਆਖਿਆ ਉਹਨੇ ਮਗਦਾਰ ਨਹੀਂ ਪਰ ਲੋਕਾਂ ਦੇ ਮੂੰਹ ਖਵਾਤਾ ਉਹਨੇ ਵੀ ਮਗਦਾਰ ਨਹੀਂ ਹੈਗਾ ਤੇ ਅੱਜ ਤੁਸੀਂ ਦੇਖੋ ਵੀਰ ਦਾ ਤੁਸੀਂ ਕੱਲ ਉਹਦਾ ਸੰਸਕਾਰ ਹੋਇਆ ਬਾਈ ਦਾ ਤੇ ਦੇਖੋ ਕਿੰਨੀ ਗਿਣਤੀ ਦੇ ਵਿੱਚ ਇੰਨਾ ਇਕੱਠਾ ਆਪਾਂ ਕਿਤੇ ਨਹੀਂ ਕਾਲੇ ਦੇਖਿਆ ਹੋਣਾ ਕਿਸੇ ਦੇ ਸੰਸਕਾਰ ਤੇ ਵੀ ਲੋਕ ਇੰਨਾ ਲੋਕਾਂ ਦੇ ਅੰਦਰ ਉਹਦੇ ਲਈ ਪਿਆਰ ਸੀਗਾ ਤੇ ਲੈਟ ਹੋ ਗਏ ਕਿਤੇ ਬਾਖਿਰ ਬਾਈ ਲੋਕ ਕੀ ਗਿਆਮ ਅਗਰੋਂ ਪਛਾਣ ਦੇਣਾ ਬੰਦੇ ਨੂੰ ਜੇ ਪਹਿਲਾਂ ਉਸ ਬੰਦੇ ਨਾਲ ਇੰਨਾ ਉਹ ਹੁੰਦਾ ਜਿਵੇਂ ਕਿਤੇ ਕੱਲ ਤਾਂ ਵੀ ਹਰੇਕ ਬੰਦੇ ਦਾ ਉਹਦੇ ਅੱਗੇ ਕੱਦ ਛੋਟਾ ਹੋ ਜਾਣਾ ਸੀਗਾ ਤੇ ਕੋਈ ਨੇ ਉਹ ਬੰਦੇ ਨੂੰ ਉਹ ਕਰਦਾ ਸੀ ਤੇ ਅਣਜਾਣੀਆਂ ਦਾ ਕੰਮ ਆ ਵੀਰ ਨਾਲ ਹੋਇਆ ਇਸ ਧੱਕਾ ਸਾਰਾ ਤੇ ਕਰਵਾਇਆ ਗਿਆਗਾ ਤੇ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਤੇ ਇਸ ਕਰਕੇ ਬਾਈ ਬਾਕੀ ਜਾਂਚ ਪੜਤਾਲ ਹੋ ਵੀ ਜਾਊਗੀ ਸਾਰਾ ਕੁਝ ਹੋ ਜੂਗਾ ਤੇ ਬਾਈ ਨੇ ਇੱਥੇ ਨਹੀਂ ਵਾਪਸ ਆਉਣਾ ਕਿਉਂ ਪੰਜਾਬ ਲਈ ਤੇ ਉਹਦੇ ਮਾਪਿਓ ਲਈ ਬਹੁਤ ਵੱਡਾ ਇੱਕ ਉਹ ਸੀਗਾ ਤੇ ਬਾਕੀਰ ਪੰਜਾਬ ਲਈ ਬਾਈ ਬਹੁਤ ਲੜਿਆ ਤੇ ਹੁਣ ਵੀ ਤੁਸੀਂ ਦੇਖ ਲਓ ਵੀ ਉਹਨੂੰ ਸਾਰੀ ਉਮਰ ਵਾਸਤੇ ਜਿਹੜਾ ਉਹ ਕਰਕੇ ਗਿਆ ਆ ਉਹਦੀ ਤੇ ਸਾਰੀ ਬਰਬਾਸਤ ਤੇ ਦੁਨੀਆ ਨੂੰ ਯਾਦ ਰੱਖੂਗੀ ਬਾਈ ਨੂੰ ਕਿਤੇ ਨਾ ਭੁੱਲੂਗੀ ਤੇ ਬਾਖੀ ਰ ਬਈ ਗਲ ਦੁੱਖ ਕਰਦੇ ਤੇ ਬਾਖੀ ਰ ਆਪਾਂ ਇਹ ਕਹਨੇ ਆ ਬਾਈ ਦੇ ਚਾਨਾ ਚ ਨਵਾਸ ਬਖਸ਼ੇ ਪ੍ਰਮਾਤਮਾ ਤੇ ਸ਼ਾਂਤੀ ਵਾਸ਼ੇ ਤੇ ਇਹ ਕਹਨੇ ਬਈ ਦੁੱਖ ਬਹੁਤ ਆ ਜਿਆਦਾ ਆ ਤੇ ਕੱਲ ਜਮਤ ਚ ਗਏ ਬਾਈ ਉੱਥੇ ਸਭ ਹਰੇਕ ਬੰਦੀ ਆਏ ਕਹਿੰਦਾ ਸੀਗਾ ਵੀ ਯਾਰ ਬਹੁਤ ਮਾੜਾ ਕੰਮ ਹੋਇਆ ਤੇ ਆਪਦਾ ਹੀ ਮਨ ਕੱਲ ਦਾ ਬਹੁਤ ਉਦਾਸ ਹੋ ਰਿਹਾ ਹੈਗਾ ਤੇ ਹੁਣ ਬਈ ਕੀ ਬਣੇ ਤੈਨੂੰ ਪਤਾ ਜਿਹੜਾ ਹੋਣਾ ਸੀ ਉਹ ਤਾਂ ਰੱਬ ਦੇ ਚਾਨਾ ਪਾਣੇ ਚ ਹੋਗਾ ਜਿਹੜਾ ਕਿ ਨਹੀਂ ਵੇ ਬਖੀਰ ਭਾਈ ਕਾਲਾ ਬੁਆਹ ਦੀ ਗੱਲ ਹੈ। ਭਾਈ ਜੀ ਆਪਾਂ ਕਿਸੇ ਨੂੰ ਨਾ ਸਹੀ ਗਲਤ ਦਾ ਸਰਟੀਫਿਕੇਟ ਨਹੀਂ ਦੇ ਰਹੇ। ਆਪਾਂ ਇੱਕ ਸਚਾਈ ਦਿਲ ਤੋਂ ਬਿਆਨ ਕਰਦੇ ਆਂ। ਬਾਈ ਉਹ ਸਰ ਇੱਕ ਜਿਹੜਾ ਲਾਲ ਨਿਕਰਾ ਵਾਲਿਆਂ ਨੂੰ ਮੂਹਰੇ ਲੱਗ ਕੇ ਦਿੱਲੀ ਦੇ ਬਾਰਡਰਾਂ ਤੱਕ ਲੈ ਕੇ ਗਿਆ। ਇਹ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਬੈਠਣਾ ਚਾਹੁੰਦੇ ਸੀ ਲਾਲ ਨਿਕਰਾ ਵਾਲੇ ਜਿਨ੍ਹਾਂ ਨੇ ਉਹਨੂੰ ਗਦਾਰੀ ਦੇ ਸਰਟੀਫਿਕੇਟ ਬੰਡੇ ਸੀ। ਨਾਲ ਲਖੇ ਵੀਰ ਦੀ ਸਪੋਰਟ ਸੀ। ਅੱਗੋਂ ਅੱਜ ਭਾਵੇਂ ਕੋਈ ਕੁਝ ਵੀ ਹੋਵੇ ਚੋਣ ਲੜੇ ਉਹ ਅਗਲੇ ਦਾ ਮਨੁੱਖੀ ਅਧਿਕਾਰ ਹੈ ਗੁਰਨਾਮ ਸਿੰਘ ਅੱਗੋਂ ਗੁਰਨਾਹ ਹਰਿਆਣੇ ਤੋਂ ਗੁਰਨਾਮ ਸਿੰਘ ਚਲੁੰਨੀ ਆਇਆ ਸੀ ਤਿੰਨਾ ਬੰਦਿਆਂ ਨੇ ਦਿੱਲੀ ਮੋਰ ਚਲਾਇਆ ਸੀ ਬਾਅਦ ਦੇ ਵਿੱਚ ਉਹ ਤੋਂ ਛਠੇਜਾਂ ਖੋਈਆਂ ਗਈਆਂ ਉਹਨਾਂ ਤੋਂ ਕਬਜ਼ਾ ਕੀਤਾ ਗਿਆ ਉਹਨਾਂ ਨੂੰ ਗਦਾਰ ਕਿਹਾ ਬਾਈ ਉਹਨਾਂ ਨੂੰ ਤੇ ਬਾਈ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਕਾਲਪੁਰਖ ਸੱਚੇ ਪਾਤਸ਼ਾਹ ਨੂੰ ਮੇਰੇ ਮਾਲਕ ਨੂੰ ਵੀ ਨਮਾਜ਼ ਨਾ ਬਖਸ਼ਣ ਉਹਨੂੰ ਵਾਰ-ਵਾਰ ਜਨਮ ਦੇਣ ਇੱਕ ਉਹ ਜੋਧਾ ਸੀ ਕੋਮ ਦਾ ਹੀਰਾ ਸੀ ਦਿਰੜਤਾਲਾ ਸੀ ਦਲੇਰ ਸੀ ਤਾਂ ਨੂੰ ਸਾਨੂੰ ਇਸ ਗੱਲ ਦੀ ਅੱਜ ਮਾਰ ਪੈ ਗਈ ਬਾਈ ਦੀ ਘਾਟ ਮਹਿਸੂਸ ਹੋ ਗਈ ਵੀ ਜੇ ਉਹ ਕੱਲਾ ਥੋੜਾ ਜਿਹਾ ਕਿਤੇ ਨਾ ਕਿਤੇ ਉਹਦਾ ਕੱਦ ਬਹੁਤ ਉੱਚਾ ਸੀ ਉਹਦੇ ਮੁਕਾਬਲੇ ਕੋਈ ਲੀਡਰ ਕੋਈ ਸੀਐਮ ਕੋਈ ਪੀਐਮ ਉਹਦੇ ਮੁਕਾਬਲੇ ਨਹੀਂ ਸੀਗਾ ਉਹਦਾ ਕੱਦ ਸੀ ਜਿਹੜਾ ਬਹੁਤ ਉੱਚਾ ਹੋ ਗਿਆ ਸੀ ਉਹਦੇ ਨਾਲ ਕਿਤੇ ਨਾ ਕਿਤੇ ਸਾਨੂੰ ਨਾਲ ਦੀ ਜਰੂਰਤ ਸੀ ਕਿਤੇ ਕਿਤੇ ਨਾ ਕਿਤੇ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਅਸੀਂ ਲੇਟ ਕੀ ਹੋ ਗਏ ਅਸੀਂ ਪਛਾਣ ਦੀ ਉਦੋਂ ਆ ਗਦਾਰਾਂ ਨੇ ਪ੍ਰਚਾਰ ਹੀ ਇੰਨਾ ਕਰ ਦਿੱਤਾ ਹੁੰਦਾ ਹੈ ਜਿਹੜੇ ਢੜਕਾਉਣ ਵਾਲੇ ਲੋਕ ਨੇ ਲੋਕਾਂ ਨੂੰ ਸਹੀ ਬੰਦੇ ਨੂੰ ਉਹ ਲੀਤੋ ਲਾ ਕੇ ਰੱਖ ਦਿੰਦੇ ਨੇ ਤੇ ਗੱਲ ਕਰ ਮਾਰਨ ਤੋਂ ਬਾਅਦ ਸਾਫ਼ਤ ਕਰਨਾ ਪੈਂਦਾ ਦੁੱਖ ਇਸੇ ਗੱਲ ਦਾ ਹੀ ਆ ਤੁਹਾਨੂੰ ਠੀਕ ਆ ਬਾਈ ਜੀ ਬਹੁਤ ਵੱਡਾ ਦੁੱਖ ਆ ਤੁਹਾਨੂੰ ਸੇਵਕਾ ਹਾਂਜੀ ਤਾ ਇਸਗੇ ਮੇਰੇ ਪਿੰਡ ਦੇ ਨੌਜਵਾਨ ਬਾਈ ਜਿਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਬਾਈ ਆਪਾਂ ਹੁਣ ਬਸ ਕੁਝ ਨਹੀਂ ਕਰ ਸਕਦੇ ਪ੍ਰਮਾਤਮਾ ਅੱਗੇ ਬਸ ਅਰਦਾਸ ਹੀ ਕਰ ਸਕਦੇ ਆਂ ਤੇ ਬਾਈ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਜਿਵੇਂ ਬਾਈ ਗਾਲੇ ਨੇ ਗੱਲ ਕਹੀ ਆ ਤੇ ਬਾਈ ਦੀਪ ਸਿੱਧੂ ਨੂੰ ਬਾਰ-ਬਾਰ ਇਸ ਜੱਗ ਤੇ ਜਨਮ ਦੇਣ ਤਾਂ ਕਿ ਉਹ ਜੋਦਾਬਾਰ ਦੁਬਾਰਾ ਆ ਕੇ ਜੀਪ ਬਾਈ ਨੂੰ ਦੁਨੀਆ ਰਹਿੰਦੀ ਦੁਨੀਆ ਤਾਈ ਬਾਈ ਨੂੰ ਯਾਦ ਰੱਖੂਗੀ ਆਪਾਂ ਇਹ ਚੀਜ਼ ਕਹਿੰਦੇ ਆ ਵੀ ਹਮੇਸ਼ਾ ਵਾਸਤੇ ਉਹਦੀ ਯਾਦਗਾਰ ਬਣੂਗੀ ਤੇ ਲੋਕੀ ਉਹਦੀਆਂ ਗੱਲਾਂ 'ਚ ਕਈਆਂ ਤੇ ਲੋਕ ਉਹਦੀਆਂ ਤੁਰੇ ਕਰਨਗੇ ਤੇ ਇੱਕ ਆਪਾਂ ਅਪੀਲ ਕਰਦੇ ਆ ਵੀ ਲੋਕਾਂ ਨੂੰ ਪੰਜਾਬ ਦੇ ਨੂੰ ਵੀ ਬੀਰੋ ਹੋਣ ਉਹਦੀ ਸੋਚ ਤੇ ਖੜਜੋ ਤੇ ਉਹਨੇ ਜਿਹੜਾ ਸਮਰਜੀਤ ਮਾਨ ਨੂੰ ਬਾਈ ਨੂੰ ਦੇ ਆਪ ਨੂੰ ਉਹਨੂੰ ਵੋਟਾਂ ਦੇ ਵਿੱਚ ਖੜਾ ਹੋਇਆਗਾ ਤੇ ਉਹਦੀ ਸੋਚ ਤੇ ਤੇ ਉਹਨੂੰ ਜਿਤਾ ਕੇ ਜ਼ਰੂਰ ਭੇਜੋ ਕਿਉਂ ਉਹਦੀ ਬਾਈ ਨੂੰ ਸ਼ਾਂਤੀ ਮਿਲੂਗੀ ਵੀ ਯਾਰ ਹਾਂ ਮੈਂ ਜਿਹੜੀ ਸੋਚ ਤੇ ਚੱਲਿਆ ਹੋਇਆ ਸੀਗਾ ਤੇ ਉਹ ਲੋਕਾਂ ਨੇ ਵੀ ਮੇਰਾ ਫਰਜ਼ ਨਿਭਾਇਆ ਤੇ ਇਹ ਬਈ ਜ਼ਰੂਰ ਸਮਰਜੀਤ ਮਾਨ ਨੂੰ ਜ਼ਰੂਰ ਜਿਤਾਓ ਬਈ ਉਹਦੀ ਸੋਚ ਦੇ ਮਕਨ ਦਾ ਉਹ ਵੀ ਇੱਕ ਜਰਨਲ ਹੈ ਜੋ ਸਿਮਰਜੀਤ ਸਿੰਘ ਮਾਨ ਹੈ 40 50 ਸਾਲਾਂ ਤੋਂ ਆਪਦੀ ਐਡੀ ਵੱਡੀ ਨੌਕਰੀ ਛੱਡ ਕੇ ਨਾ ਇੱਕ ਲੜਾਈ ਲੜ ਰਹੇ ਨੇ ਕੋਮ ਦੀ ਬਹੁਤ ਨੌਕੜਾਏ ਨੇ ਬਹੁਤ ਕੁੱਟਾਂ ਖਾਧੀਆਂ ਮਾਨ ਸਾਹਿਬ ਨੇ ਕਿਤੇ ਨਾ ਕਿਤੇ ਉਹ ਵੀ ਸੱਚਾਈ ਨਾਲ ਆ ਕੇ ਖੜਾ ਸੀ ਦ੍ਰਿੜਤਾ ਨਾਲ ਆ ਕੇ ਖੜਾ ਸੀ ਵੀ ਦ੍ਰਿੜਤਾ ਦੀ ਮਦਦ ਕਰ ਰਿਹਾ ਸੀ ਉਹ ਹੀ ਕਹਿ ਰਿਹਾ ਸੀ ਵੀ ਜਿਹੜਾ ਕੋਮ ਦਾ ਜਰਨਲ ਹੈ ਉਹਨੂੰ ਤੁਸੀਂ ਵਾਰ-ਵਾਰ ਖਰਾਦ ਨੂੰ ਕਿਤੇ ਨਾ ਕਿਤੇ ਪੋਲਿਟਿਕਸ ਚ ਬਾਜ ਠਾਉਣ ਵਾਸਤੇ ਵੀ ਜਰਨਲ ਵੀ ਚਾਹੀਦਾ ਨਾ ਜਿਹਨੇ ਵਾਰ-ਵਾਰ ਲਾਲੋਛ ਘਰ ਚ ਕੀਤਾ ਮਾਨ ਸਾਹਿਬ ਨੇ ਤੇ ਹੁਣ ਬਾਈ ਨੇ ਜੇ ਪ੍ਰਚਾਰ ਕੀਤਾ ਤਾਂ ਸੋਡੇ ਬੂਹੇ ਤੇਕਰ ਗਿਆ ਤਾਂ ਬਾਈ ਦੀ ਰੱਖ ਦਿਓ ਕਿਤੇ ਮਾਨ ਸਾਹਿਬ ਨੂੰ ਵੋਟਾਂ ਪਾ ਦਿਓ ਅਮਰਗੜ ਤੋਂ ਹਾਂਜੀ ਖੜਾ ਬਾਕੀ ਦੇ ਬਾਈ ਆਏ ਹੁਣ ਕਿਉਂ ਬਾਈ ਕੈਮਰੇ ਅੱਗੇ ਘਾਟੀ ਆਉਨੇ ਆ ਤੇ ਬਾਈ ਜੇ ਕੋਈ ਗਲਤੀ ਫਲਤੀ ਵੀ ਹੋਈ ਆ ਤਾਂ ਮਾਫ ਕਰਨਾ ਬਾਈ ਤੇ ਦੀਪਲੀ ਬਾਈ ਜੀ ਬਹੁਤ ਦੁੱਖ ਦੀ ਘਟਨਾ ਤੇ ਬਹੁਤ ਆਪ ਨੂੰ ਬਹੁਤ ਆਇਆ ਹੋਊਗਾ ਜੀ ਬਸ ਇੱਕ ਰੋਟੀ ਖਾਣ ਬਹੁਤ ਔਖਾ ਯਾਰ ਬਈਆ ਇਹ ਇਹ ਨਹੀਂ ਕਹਿ ਨਹੀਂ ਸਕਦਾ ਤੁਹਾਨੂੰ ਹਾਂਜੀ ਬਾਈ ਜੀ ਇੱਧਰ ਰੋਂਦਾ ਗਿਆ ਯਾਰ ਤੇ ਬਸ ਆਹੀ ਸੀ ਸਾਡੀ ਇੰਨੇ ਕੀ ਵੀਡੀਓ ਅੱਜ ਦੁੱਖ ਦਾ ਪ੍ਰਗਟਾਵਾ ਸੀ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ